ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚਾਰਾਂ ਵਿੱਚ ਨਿਰੰਕਾਰ ਹੈ, ਦੈਵੀ ਗੁਣ ਨੇ, ਈਸ਼ਵਰੀ ਗੁਣ ਨੇ, ਇਹ ਸੁਣ ਕੇ ਹੀ ਅੰਦਰ ਪ੍ਰਵੇਸ਼ ਕਰਦੇ ਨੇ। ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸਮਾਧੀ ਬਣੇਗਾ, ਦੈਵੀ ਗੁਣ ਬਣੇਗਾ ਔਰ ਸਮਝ ਆ ਜਾਏਗੀ ਉਸ ਪਰਿਪੂਰਨ ਪ੍ਰਮਾਤਮਾ ਦੀ, ਅਕਾਲ ਪੁਰਖ ਦੀ। ਕਿਸ ਅਕਾਲ ਪੁਰਖ ਦੀ? ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਜੋ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹਿਲੀ ਹੋ ਗਈ, ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਹਾਂ, ਉਹ ਆਕਾਰ ਰਹਿਤ ਹੈ, ਉਹ ਆਕਾਰ ਵਾਲਾ ਵੀ ਹੈ। ਉਹ ਸਰਗੁਣ ਹੈ, ਉਹ ਨਿਰਗੁਣ ਹੈ, ਨਿਰਗੁਣ ਆਪ ਸਰਗੁਣ ਵੀ ਉਹੀ। ਕਲਾਧਾਰ ਜਿਨ ਸਗਲੀ ਮੋਹੀ, ਉਹ ਨਿਰਗੁਣ ਰੂਪ ਵਿੱਚ ਇੱਕ ਹੈ, ਉਹ ਸਰਗੁਣ ਰੂਪ ਵਿੱਚ ਅਨੇਕ ਹੈ। ਉਹ ਇੱਕ ਤੋਂ ਅਨੇਕ ਹੈ ਔਰ ਅਨੇਕ ਤੋਂ ਇੱਕ ਹੈ। ਕਦੀ ਜਗਤ ਵਿੱਚ ਬਗੌਰ ਮੁਤਾਲਾ ਕਰਕੇ ਦੇਖਣਾ, ਸਭ ਕੁਛ ਅਨੇਕ ਹੈ, ਇੱਕ ਕੁਛ ਵੀ ਨਹੀਂ ਹੈ। ਮਨੁੱਖ ਅਗਰ ਬਾਹਰੋਂ ਕੁਝ ਏਕਤਾ ਲੈਣਾ ਚਾਹੇ ਤੇ ਹੋ ਨਹੀਂ ਸਕਦੀ। ਆਪ ਇਤਨੇ ਸਾਰੇ ਬੈਠੇ ਹੋ, ਸਭ ਵੱਖ ਵੱਖ ਹੋ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਇੱਕ ਜੈਸਾ ਦੂਸਰਾ ਨਹੀਂ ਹੈ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵਾਂ ਰੂਪ ਲੈ ਕੇ ਆਉਂਦੇ, ਨਵੀਂ ਆਵਾਜ਼, ਨਵੀਂ ਚਾਲ ਔਰ ਗਜ਼ਬ ਦੀ ਗੱਲ, ਨਵੀਂ ਹੀ ਉਂਗਲੀਆਂ ਦੀ ਛਾਪ। ਆਪ ਇਤਨੇ ਸਾਰੇ ਬੈਠੇ ਹੋ, ਹਰ ਇੱਕ ਦੇ ਫਿੰਗਰ ਪ੍ਰਿੰਟ ਅਲੱਗ ਅਲੱਗ ਨੇ, ਹਰ ਇੱਕ ਦੇ ਅੰਗੂਠੇ ਦੀ ਛਾਪ ਅਲੱਗ ਅਲੱਗ। ਇੱਕ ਦਾ ਅੰਗੂਠਾ ਦੂਜੇ ਨਾਲ ਮੇਲ ਨਹੀਂ ਖਾਂਦਾ। ਇਸ ਵਕਤ ਜ਼ਮੀਨ ਦੇ ਉੱਤੇ ਕੋਈ 5 ਅਰਬ ਦੇ ਕਰੀਬ ਮਨੁੱਖ ਨੇ। ਇਸ ਦਾ ਮਤਲਬ ਹੈ 5 ਅਰਬ ਅੰਗੂਠੇ ਅਲੱਗ ਅਲੱਗ ਨੇ, ਔਰ ਜਿਤਨੇ ਮਨੁੱਖ ਹੋ ਗੁਜ਼ਰੇ ਨੇ ਸਭ ਦੇ ਅਲੱਗ ਅਲੱਗ, ਜਿਤਨੇ ਨਵੇਂ ਆ ਰਹੇ ਨੇ ਸਭ ਦੇ ਅਲੱਗ ਅਲੱਗ, ਆਵਾਜ਼ ਅਲੱਗ, ਚਾਲ ਢਾਲ ਅਗਰ ਰੰਗ ਰੂਪ ਅਲੱਗ, ਇੱਕ ਜੈਸਾ ਦੂਸਰਾ ਨਹੀਂ ਹੈ। ਮਨੁੱਖ ਦੀ ਗੱਲ ਛੱਡੋ, ਇੱਕ ਪਹਾੜ ਜੈਸਾ ਦੂਸਰਾ ਪਹਾੜ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ। ਦਰਖਤ ਦੀ ਗੱਲ ਛੱਡੋ, ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ, ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ। ਇੱਕ ਦਰਖਤ ਨੂੰ ਜੇ 1000 ਫਲ ਲੱਗੇ ਨੇ, 10000 ਫਲ ਲੱਗੇ ਨੇ, ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ। ਇਸ ਚੱਕਰ ਚ ਨਾ ਪੈਣਾ ਕਿ 1000 ਅੰਬ ਇੱਕ ਦਰਖਤ ਨੂੰ ਲੱਗੇ ਨੇ, ਸਾਰੇ ਇੱਕੋ ਦਰਖਤ ਦੇ ਫਲ ਨੇ ਤੇ ਇੱਕ ਜੈਸੇ ਨੇ, ਕਦੇ ਨੇ। ਰੰਗ ਦੇ ਚ, ਰੂਪ ਦੇ ਚ, ਆਕਾਰ ਦੇ ਚ, ਵਜ਼ਨ ਦੇ ਚ, ਸਵਾਦ ਦੇ ਚ ਲਾਜ਼ਮੀ ਫਰਕ ਹੋਏਗਾ। ਇਹ ਗੱਲ ਵੱਖਰੀ ਹੈ ਕਿ ਉਹ ਫਰਕ ਸਾਡੀ ਪਕੜ ਵਿੱਚ ਆਵੇ ਭਾਵੇਂ ਨਾ ਆਵੇ, ਉਹ ਫਰਕ ਸਾਡੇ ਤੌਲ ਵਿੱਚ ਆਵੇ ਭਾਵੇਂ ਨਾ ਆਵੇ, ਪਰ ਫਰਕ ਹੈ। ਇੱਕ ਜੈਸਾ ਦੂਸਰਾ ਪਰਮਾਤਮਾ ਬਣਾਉਂਦਾ ਹੀ ਨਹੀਂ, ਪੁਨਰੁਕਤ ਨਹੀਂ ਕਰਦਾ, ਰਿਪੀਟ ਨਹੀਂ ਕਰਦਾ। ਕਹਿੰਦੇ ਨੇ ਪਰਮਾਤਮਾ ਵਿੱਚ ਰਿਪੀਟੇਸ਼ਨ ਨਹੀਂ ਹੈ, ਉਹ ਕੁਛ ਵੀ ਰਿਪੀਟ ਨਹੀਂ ਕਰਦਾ। ਔਰ ਜਿਸ ਦਿਨ ਇੱਕ ਜੈਸਾ ਉਹ ਦੂਸਰਾ ਬਣਾਉਣ ਲੱਗ ਪਿਆ, ਤਾਂ ਸਮਝ ਲੈਣਾ ਰੱਬ ਵੀ ਮੁੱਕ ਗਿਆ, ਖਤਮ ਹੋ ਗਿਆ। ਐਸਾ ਨਹੀਂ ਹੋਵੇਗਾ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ, ਔਰ ਇੱਕ ਸੂਰਜ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਈ ਕੋਟ ਸਸੀਅਰ ਸੂਰ ਨਿਖਤਰ, ਕਈ ਕਰੋੜਾਂ ਸੂਰਜ ਨੇ, ਕਈ ਕਰੋੜਾਂ ਚੰਦਰਮਾ ਨੇ, ਕੋਈ ਇੱਕ ਹੈ। ਔਰ ਅੱਜ ਵਿਗਿਆਨ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ ਕਿ ਗਾਲਬਨ 50 ਅਰਬ ਸੂਰਜ ਸਾਡੀ ਪਕੜ ਦੇ, ਸਾਡੀ ਸਮਝ ਵਿੱਚ ਆ ਗਏ ਨੇ ਇਤਨੇ। ਇਸ ਤੋਂ ਅਗਾਂਹ ਵੀ ਪਸਾਰਾ ਹੋ ਸਕਦਾ ਹੈ। ਜਿਸ ਤਰ੍ਹਾਂ ਸਾਡੀ ਉਮਰ ਹੈ, ਸੂਰਜਾਂ ਦੀ ਵੀ ਉਮਰ ਹੈ। ਕੁਝ ਸੂਰਜ ਬਚਪਨ ਦੇ ਦੌਰ ਵਿੱਚ ਨੇ, ਕੁਝ ਜਵਾਨ ਹੋ ਚੁੱਕੇ ਨੇ, ਕੁਝ ਬੁੱਢੇ ਨੇ, ਕੁਝ ਖਤਮ ਹੋਣ ਵਾਲੇ ਨੇ।
ਮਿਟਣ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਸੂਰਜ ਘਟ ਰਿਹਾ ਇੱਕ ਦਿਨ ਮਿਟ ਜਾਏਗਾ, ਚੰਦਰਮਾ ਘਟ ਰਿਹਾ ਇੱਕ ਦਿਨ ਮਿਟ ਜਾਏਗਾ, ਧਰਤੀ ਘਟ ਰਹੀ ਇੱਕ ਦਿਨ ਮਿਟ ਜਾਏਗੀ, ਮਨੁੱਖ ਘਟ ਰਿਹਾ ਇੱਕ ਦਿਨ ਮਿਟ ਜਾਏਗਾ, ਸਭ ਕੁਝ ਵਧਦਾ ਹੈ ਘਟਦਾ ਹੈ ਤੇ ਮਿਟਦਾ ਹੈ। ਇਹ ਤਿੰਨੇ ਨਿਯਮ ਹਰ ਇੱਕ ਤੇ ਲਾਗੂ ਨੇ, ਸੂਰਜ ਚੰਦ ਤਾਰਿਆਂ ਤੇ ਵੀ ਲਾਗੂ ਨੇ। ਔਰ ਵਿਗਿਆਨ ਐਸਾ ਕਹਿ ਰਿਹਾ ਕਿ ਇੱਕ ਸੂਰਜ, ਇਹ ਸੂਰਜ ਜਿਸ ਦੇ ਥੱਲੇ ਅਸੀਂ ਜੀ ਰਹੇ ਹਾਂ ਤੇ ਆਪਣੀ ਜਵਾਨੀ ਹੰਢਾ ਚੁੱਕਿਆ, ਬੁੱਢਾ ਹੋ ਗਿਆ, 40 ਲੱਖ ਟਨ ਵਜ਼ਨ ਇੱਕ ਸੈਕਿੰਡ ਵਿੱਚ ਇਸਦਾ ਘਟ ਰਿਹਾ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ, ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਘਟ ਰਿਹਾ, ਇੱਕ ਦਿਨ ਮਿਟ ਜਾਏਗਾ। ਇਸਦੇ ਮਿਟਣ ਨੂੰ ਹੀ ਮਹਾਂਪਰਲੇ ਕਹਿੰਦੇ ਨੇ, ਇੱਕ ਬ੍ਰਹਿਮੰਡ ਦੀ ਪਰਲੇ, ਇੱਕ ਬ੍ਰਹਿਮੰਡ ਦਾ ਖਾਤਮਾ। ਬੁੱਢੇ ਸੂਰਜ ਦੇ ਥੱਲੇ ਅਸੀਂ ਜੀ ਰਹੇ, ਭਾਵੇਂ ਅਰਬਾਂ ਖਰਬਾਂ ਇਹਦੀ ਸਾਲ ਉਮਰ ਹੈ, ਲੇਕਿਨ ਉਮਰ ਹੈ, ਹਰ ਚੀਜ਼ ਵੱਧਦੀ ਏ, ਘਟਦੀ ਏ, ਮਿਟਦੀ ਏ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ, ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ। ਪਰਮਾਤਮਾ ਰਿਪੀਟ ਨਹੀਂ ਕਰਦਾ, ਪੁਨਰੁਕਤੀ ਨਹੀਂ ਕਰਦਾ, ਦੌਰਾਂਦਾ ਨਹੀਂ ਹੈ। ਔਰ ਜਿਸ ਦਿਨ ਪਰਮਾਤਮਾ ਦੌਰਾਉਣ ਲੱਗ ਪਏ ਤਾਂ ਸਮਝ ਲੈਣਾ ਪਰਮਾਤਮਾ ਵੀ ਮੁੱਕ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਆਧਾਰ, ਉਹ ਤੇ ਨਿਤ ਨਵਾਂ ਹੈ, ਉਸ ਤੋਂ ਜੋ ਕੁਛ ਵੀ ਆਉਂਦਾ ਹੈ ਨਿਤ ਨਵਾਂ ਹੀ ਆਉਂਦਾ ਹੈ। ਬਹੁਤ ਲੰਬੇ ਚੌੜੇ ਪਸਾਰੇ ਨੂੰ ਨਾ ਲਈਏ, ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵੀਂ ਆਵਾਜ਼ ਲੈ ਕੇ, ਨਵਾਂ ਰੂਪ ਲੈ ਕੇ, ਨਵੇਂ ਨੈਣ ਨਕਸ਼ ਲੈ ਕੇ, ਨਵੀਂ ਅੰਗੂਠੇ ਦੀ ਛਾਪ ਲੈ ਕੇ, ਨਵੀਂ ਉਂਗਲੀਆਂ ਦੀ ਛਾਪ ਲੈ ਕੇ। ਹਰ ਬੱਚਾ ਅਲੱਗ ਹੈ, ਇੱਕ ਜੈਸਾ ਦੂਸਰਾ ਨਹੀਂ ਹੈ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸਭ ਕੁਛ ਅਨੇਕ ਹੈ, ਵੱਖ ਵੱਖ ਹੈ, ਪਰ ਇਸ ਸਾਰੀ ਅਨੇਕਤਾ ਵਿੱਚ ਰਮਿਆ ਹੋਇਆ ਇੱਕ ਹੈ, ਇੱਕ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇੱਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਔਰ ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਐਸਾ ਕਿਉਂ ਕੀਤਾ ਹੈ ਪਰਮਾਤਮਾ ਨੇ, ਉਹ ਇੱਕ ਤੋਂ ਅਨੇਕ ਕਿਉਂ ਹੋਇਆ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਸੰਬੰਧੀ ਜਵਾਬ ਕਲਗੀਧਰ ਪਾਤਸ਼ਾਹ ਦਾ। ਮਹਾਰਾਜ ਕਹਿੰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਅਨੇਕ ਤਾਂ ਉਸ ਇੱਕ ਦਾ ਖੇਲ ਹੈ, ਤਮਾਸ਼ਾ ਹੈ। ਖੇਲ ਜਾਂ ਤੇ ਬੱਚੇ ਖੇਡਦੇ ਨੇ, ਖੇਲ ਜਾਂ ਪਰਮਾਤਮਾ ਖੇਡਦਾ, ਬਾਕੀ ਖੇਲ ਨਹੀਂ ਹੈ। ਜਿਸ ਵਿੱਚ ਜਿੱਤ ਹੋਵੇ, ਜਿਸ ਵਿੱਚ ਹਾਰ ਹੋਵੇ, ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਸ ਵਿੱਚ ਨਫਾ ਹੋਵੇ, ਜਿਸ ਵਿੱਚ ਨੁਕਸਾਨ ਹੋਵੇ, ਉਹ ਖੇਲ ਨਹੀਂ ਹੈ, ਉਹ ਤੇ ਧੰਦਾ ਹੈ। ਮਨੁੱਖੀ ਜਗਤ ਦੇ ਸਭ ਤੋਂ ਵੱਡੀਆਂ ਖੇਲਾਂ ਓਲੰਪਿਕ, ਮੇਰੀ ਦ੍ਰਿਸ਼ਟੀ 'ਚ ਉਹ ਵੀ ਇੱਕ ਜੰਗ ਹੈ, ਉਹ ਵੀ ਇੱਕ ਧੰਦਾ ਹੈ, ਖੇਲ ਨਹੀਂ ਹੈ। ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਕਹਿੰਦੇ ਨੇ ਫਲਾਣਾ ਮੁਲਕ ਹਾਰ ਗਿਆ, ਫਲਾਣਾ ਮੁਲਕ ਜਿੱਤ ਗਿਆ, ਇਹ ਜੰਗ ਹੈ ਜਾਂ ਕਿ ਖੇਲ ਹੈ? ਔਰ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਸੋਗਵਾਰ ਹੋ ਕੇ ਆਉਂਦੇ ਨੇ, ਰੋਂਦੇ ਹੋਏ ਆਉਂਦੇ ਨੇ। ਔਰ ਜਿਸ ਮੁਲਕ ਦੇ ਖਿਲਾੜੀ ਜਿੱਤ ਜਾਣ, ਨੱਚਦੇ ਹੋਏ ਆਉਂਦੇ ਨੇ, ਮੁਲਕ ਵਿੱਚ ਉਹਨਾਂ ਦਾ ਸਵਾਗਤ ਆਉਂਦਾ, ਉਹਨਾਂ ਨੂੰ ਇਨਾਮ ਮਿਲਦੇ ਨੇ, ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ, ਔਰ ਵਾਕਈ ਨਾਮ ਵੀ ਲਿਆ ਜਾਂਦਾ, ਫਲਾਣਾ ਮੁਲਕ ਹਾਰ ਗਿਆ, ਫਲਾਣਾ ਜਿੱਤ ਗਿਆ, ਤਾਂ ਇਹ ਖੇਲ ਹੈ ਕਿ ਜੰਗ ਹੈ? ਇਹ ਖੇਲ ਹੈ ਕਿ ਧੰਦਾ ਹੈ? ਇਹ ਖੇਲ ਨਹੀਂ ਹੈ।
ਇਸ ਨੂੰ ਮੇਰੀ ਆਤਮਾ ਨੇ ਕਤਈ ਖੇਲ ਨਹੀਂ ਮੰਨਿਆ, ਕਤਈ ਖੇਲ ਨਹੀਂ ਹੈ। ਜਿਸ ਵਿੱਚ ਜਿੱਤ ਹੈ, ਜਿਸ ਵਿੱਚ ਹਾਰ ਹੈ, ਜਿਸ ਵਿੱਚ ਹਾਰ ਦੀ ਘਿਰਣਾ ਹੋਵੇ, ਜਿਸ ਵਿੱਚ ਹਾਰ ਦੀ ਬੇਇੱਜ਼ਤੀ ਹੋਵੇ ਤੇ ਜਿਸ ਵਿੱਚ ਜਿੱਤ ਦਾ ਤਕੱਬਰ ਹੋਵੇ, ਉਹਨੂੰ ਖੇਲ ਆਖਣ ਦੀ ਕੀ ਲੋੜ ਹੈ? ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਹਦੇ ਚ ਨੁਕਸਾਨ ਦਾ ਦੁੱਖ ਹੋਵੇ, ਜਿਹਦੇ ਚ ਨਫੇ ਦੀ ਖੁਸ਼ੀ ਹੋਵੇ, ਉਹਨੂੰ ਖੇਲ ਆਖਣ ਦੀ ਲੋੜ ਕੀ ਹੈ? ਇਹ ਤੇ ਧੰਦਾ ਹੈ। ਖੇਲ ਬੱਚੇ ਖੇਡਦੇ ਨੇ, ਖੇਲ ਪਰਮਾਤਮਾ ਖੇਡਦਾ ਹੈ। ਦਰਿਆ ਦੇ ਕੰਢੇ ਤੇ, ਸਾਗਰ ਦੇ ਤੱਟ ਤੇ ਬੱਚੇ ਖੇਲ ਪਏ ਖੇਡਦੇ ਨੇ, ਰੇਤ ਦੇ ਮਹਿਲ ਖੜੇ ਕਰ ਰਹੇ ਨੇ, ਬੜੀ ਮਿਹਨਤ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਦੇ ਨਾਲ। ਤੋ ਕਿਆ ਇਹਨਾਂ ਬੱਚਿਆਂ ਨੇ ਇਹਨਾਂ ਮਹਿਲਾਂ ਵਿੱਚ ਰਹਿਣਾ ਹੈ ਜੋ ਇਤਨੀ ਮਿਹਨਤ ਨਾਲ ਪਏ ਬਣਾਉਂਦੇ ਨੇ, ਇਤਨੀ ਇਕਾਗਰਤਾ ਨਾਲ ਬਣਾ ਰਹੇ ਨੇ? ਨਹੀਂ, ਖੇਲ ਹੈ, ਪਰ ਬੜੀ ਲਗਨ ਨਾਲ, ਬੜੀ ਮਿਹਨਤ ਨਾਲ ਇਹ ਮਹਿਲ ਖੜੇ ਕਰ ਰਹੇ ਨੇ। ਮਹਿਲ ਬਣ ਗਏ ਨੇ, ਇਧਰੋਂ ਸੂਰਜ ਡੁੱਬਣ ਵਾਲਾ ਹੈ, ਸ਼ਾਮ ਹੋ ਗਈ ਹੈ, ਘਰ ਦੀ ਯਾਦ ਆਈ ਹੈ। ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਖੜੇ ਕੀਤੇ ਸਨ, ਹੱਸਦਿਆਂ ਹੱਸਦਿਆਂ ਹੁਣ ਤੋੜ ਰਹੇ ਨੇ। ਬੜੀ ਇਕਾਗਰਤਾ ਨਾਲ ਬਣਾਏ ਸਨ, ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ। ਜਦ ਬਣਾਉਣ ਲੱਗੇ ਸਨ ਖੁਸ਼, ਹੱਸਦਿਆਂ ਹੱਸਦਿਆਂ, ਅੱਜ ਮਿਟਾਉਣ ਲੱਗੇ ਨੇ ਖੁਸ਼, ਹੱਸਦਿਆਂ ਹੱਸਦਿਆਂ। ਖੇਲ ਹੈ, ਤੰਦਾ ਨਹੀਂ ਹੈ, ਜੰਗ ਨਹੀਂ ਹੈ। ਬਣਾਉਣਾ ਵੀ ਖੇਲ ਸੀ, ਮਿਟਾਉਣਾ ਵੀ ਖੇਲ ਸੀ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੀ ਦੁਨੀਆਂ 'ਚ ਵੀ, ਉਹਦੀ ਦ੍ਰਿਸ਼ਟੀ 'ਚ ਵੀ ਸਭ ਕੁਝ ਖੇਲ। ਜੰਮਣਾ ਇੱਕ ਖੇਲ, ਮਰਨਾ ਇੱਕ ਖੇਲ, ਨਫਾ ਇੱਕ ਖੇਲ, ਨੁਕਸਾਨ ਇੱਕ ਖੇਲ, ਜਵਾਨੀ ਇੱਕ ਖੇਲ, ਬੁਢੇਪਾ ਇੱਕ ਖੇਲ। ਕਿਉਂਕਿ ਜਵਾਨੀ ਬੁਢੇਪੇ 'ਚ ਬਦਲ ਜਾਂਦੀ ਹੈ, ਜਨਮ ਮਰਨ ਦੇ 'ਚ ਬਦਲ ਜਾਂਦਾ ਹੈ, ਨਫੇ ਨੁਕਸਾਨ ਦੇ 'ਚ ਬਦਲ ਜਾਂਦੇ ਨੇ, ਇੱਜ਼ਤ ਬੇਇੱਜ਼ਤੀ ਦੇ 'ਚ ਬਦਲ ਜਾਂਦੀ ਹੈ, ਜ਼ਿੰਦਾਬਾਦ ਦੇ ਨਾਰੇ ਮੁਰਦਾਬਾਦ ਦੇ 'ਚ ਬਦਲ ਜਾਂਦੇ ਨੇ। ਖੇਲ ਤਮਾਸ਼ਾ, ਸੁੰਦਰਤਾ ਕਰੂਪਤਾ ਵਿੱਚ ਬਦਲ ਜਾਂਦੀ ਹੈ, ਹਾਸੇ ਰੋਣਿਆਂ ਵਿੱਚ ਬਦਲ ਜਾਂਦੇ ਨੇ। ਫੂਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿਸੇ ਹੱਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਗਾ। ਹਾਸਿਆਂ ਦੇ ਥੱਲੇ ਪਰੇਸ਼ਾਨੀਆਂ ਛੁਪੀਆਂ ਪਈਆਂ ਨੇ, ਦੁੱਖ ਸੰਤਾਪ ਜੋ ਹੈ ਛੁਪੇ ਪਏ ਨੇ, ਜਨਮ ਦੇ ਥੱਲੇ ਮਰਨ ਛੁਪਿਆ ਪਿਆ। ਖੇਲ ਤਮਾਸ਼ਾ, ਬਣਾਉਣ ਲੱਗਿਆਂ ਪ੍ਰਸੰਨਤਾ ਹੈ ਪਰਮਾਤਮਾ ਨੂੰ, ਬਿਠਾਉਣ ਲੱਗਿਆਂ ਵੀ ਪ੍ਰਸੰਨਤਾ। ਜਦ ਬਣਾਉਂਦਾ ਹੈ ਤੋ ਇੱਕ ਤੋਂ ਅਨੇਕ ਹੋ ਜਾਂਦਾ ਹੈ, ਜਦ ਮਿਟਾਉਂਦਾ ਹੈ ਤੋ ਅਨੇਕ ਤੋਂ ਇੱਕ ਹੋ ਜਾਂਦਾ ਹੈ। ਖੇਲ ਸੰਕੋਚੇ ਤੋ ਨਾਨਕ ਏਕ ਹੈ, ਜੈਸੇ ਖੇਲ ਨੂੰ ਸੰਕੋਚਦਾ ਹੈ ਇੱਕ, ਤੇ ਜਦ ਖੇਲ ਖੇਲਣ ਲੱਗਦਾ ਹੈ ਅਨੇਕ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਸ ਅਨੇਕਤਾ ਵਿੱਚ ਜਿਹੜਾ ਇੱਕ ਨੂੰ ਵੇਖ ਲਵੇ, ਇੱਕ ਨੂੰ ਸਮਝ ਲਵੇ, ਉਹ ਪਵਿੱਤਰ ਹੈ। ਉਸ ਨੂੰ ਕਿਸੇ ਨਾਲ ਘਿਰਣਾ ਨਹੀਂ ਹੋਵੇਗੀ, ਕਿਸੇ ਮੁਲਕ ਨਾਲ, ਕਿਸੇ ਜ਼ਾਤ ਨਾਲ, ਕਿਸੇ ਵਿਅਕਤੀ ਨਾਲ, ਕਿਸੇ ਕੌਮ ਨਾਲ, ਕਿਸੇ ਧਾਰਮਿਕ ਮੰਦਰ ਨਾਲ। ਮਸਜਿਦ ਨੂੰ ਵੇਖ ਕੇ ਵੀ ਉਸ ਦੇ ਅੰਦਰ ਝਰਨਾਟ ਵੱਜੇਗੀ, ਮੰਦਰ ਨੂੰ ਵੇਖ ਕੇ ਵੀ ਉਸ ਦੇ ਅੰਦਰ ਖੁਸ਼ੀਆਂ ਜਾਗਣਗੀਆਂ। ਗੁਰਦੁਆਰੇ ਤੇ ਚਰਚ ਦੇ ਕੋਲੋਂ ਲੰਘਿਆ ਹੋਈ ਉਹਦੇ ਅੰਦਰ ਅਧਿਆਤਮਿਕ ਤਰੰਗਾਂ ਪੈਦਾ ਹੋਣਗੀਆਂ, ਭੇਦ ਤੇ ਮਿਟ ਗਿਆ, ਉਹਨੂੰ ਦਿਸ ਪਿਆ ਅਨੇਕਤਾ ਦੇ ਅੰਦਰ ਇੱਕ ਹੈ। ਅਨੇਕਤਾ ਉਸਦਾ ਖੇਲ ਹੈ, ਵਾਸਤਵਿਕ ਉਹ ਇੱਕ ਹੈ। ਸੂਰਜ ਇੱਕ ਹੈ, ਕਿਰਨਾਂ ਅਨੇਕ ਨੇ, ਸਾਗਰ ਇੱਕ ਹੈ, ਲਹਿਰਾਂ ਅਨੇਕ ਹੈ। ਜਿਸ ਨੂੰ ਲਹਿਰਾਂ ਨਾਲ ਨਫ਼ਰਤ ਹੈ ਉਹਨੂੰ ਸਾਗਰ ਨਾਲ ਵੀ ਨਫ਼ਰਤ ਹੈ, ਜਿਹਨੂੰ ਕਿਰਨਾਂ ਨਾਲ ਨਫ਼ਰਤ ਹੈ ਉਹਨੂੰ ਸੂਰਜ ਨਾਲ ਵੀ ਨਫ਼ਰਤ ਹੈ, ਜਿਹਨੂੰ ਅਨੇਕਤਾ ਨਾਲ ਨਫ਼ਰਤ ਹੈ ਉਹਨੂੰ ਇੱਕ ਨਾਲ ਵੀ ਘਿਰਨਾ ਹੈ। ਉਹਨੂੰ ਇੱਕ ਦੀ ਕੋਈ ਸਮਝ ਨਹੀਂ, ਉਸਨੂੰ ਇੱਕ ਦਾ ਕੋਈ ਬੋਧ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਏਕ ਵਸਤ ਬੂਝੇ
ਤਾਂ ਹੋਵੇ ਪਾਕ ਬਿਨ ਬੂਝੇ ਤੋਂ ਸਦਾ ਨਾ ਪਾਕ। ਜੇ ਇੱਕ ਨੂੰ ਸਮਝ ਜਾਏ ਤੂੰ ਪਾਵਨ ਹੈ ਪਵਿੱਤਰ ਹੈ, ਤੇ ਜੇ ਨਹੀਂ ਸਮਝਿਆ ਤਾਂ ਅਪਵਿੱਤਰਤਾ ਦੀ ਢੇਰੀ। ਭੱਟਾ ਨੇ ਇਸ ਸੰਬੰਧ ਚ ਇੱਕ ਸਵਈਆ ਉਚਾਰਨ ਕੀਤਾ, ਕਹਿ ਕੇ ਮੈਂ ਸਮਾਪਤੀ ਕਰਾਂ। ਇਕਾਗਰਤਾ ਬਖਸ਼ਣੀ ਔਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਦੇ ਭੱਟ ਫਰਮਾਨ ਕਰਦੇ ਨੇ, ਹੇ ਗੁਰੂ ਅਮਰਦਾਸ ਤੈ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਹੇ ਗੁਰੂ ਅਮਰਦਾਸ ਤੁਸੀਂ ਜੀਵਨ ਭਰ ਪੜ੍ਹਿਆ ਤੇ ਇੱਕ ਨੂੰ ਪੜ੍ਹਿਆ, ਦੋ ਤਿੰਨ ਚਾਰ ਪੰਜ ਨਹੀਂ ਇੱਕ, ਸਿਰਫ ਇੱਕ ਨੂੰ ਪੜ੍ਹਿਆ ਹੀ ਨਹੀਂ ਮਨ ਵਿਚ ਵੀ ਇੱਕ ਨੂੰ ਵਸਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਦੁਬਦਾ ਨਾ ਪੜ੍ਹੋ, ਮੈਂ ਇੱਕ ਤੋਂ ਬਿਨਾਂ ਦੂਜਾ ਨਹੀਂ ਪੜ੍ਹਨ ਨੂੰ ਤਿਆਰ, ਦੂਜੀ ਤੀਜੀ ਗੱਲ ਮੈਂ ਸੁਣਨ ਨੂੰ ਤਿਆਰ ਨਹੀਂ, ਪੜ੍ਹਨ ਨੂੰ ਤਿਆਰ ਨਹੀਂ। ਦੁਬਦਾ ਨਾ ਪੜ੍ਹੋ ਹਰ ਬਿਨ ਆਵਰ ਨਾ ਪੂਜੋ, ਮੜੀ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ। ਮੈਂ ਨਹੀਂ ਦੁਬਦਾ ਪੜ੍ਹਦਾ। ਭੱਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਤੈਂ ਪੜ੍ਹਿਓ ਇੱਕ, ਤੁਸੀਂ ਜੀਵਨ ਭਰ ਪੜ੍ਹਿਆ ਇੱਕ ਨੂੰ, ਸਿਰਫ ਪੜ੍ਹਿਆ ਹੀ ਨਹੀਂ ਮਨ ਵਿੱਚ ਵਸਾਇਆ ਇੱਕ ਨੂੰ। ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋਏ ਠਾਏ ਨਾ ਜਾਣਿਓ। ਤੁਹਾਡੀ ਅੱਖਾਂ 'ਚ ਵੀ ਇੱਕ ਹੈ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ, ਤੁਹਾਡੀ ਜ਼ਬਾਨ 'ਤੇ ਵੀ ਇੱਕ ਹੈ, ਜਿੰਨੇ ਬੋਲ ਬੋਲਦੇ ਹੋ ਉਹਨਾਂ 'ਚ ਇੱਕ ਪ੍ਰਗਟ ਆਉਂਦਾ ਹੈ, ਅਨੇਕਤਾ ਨਹੀਂ ਦੁਬਦਾ ਨਹੀਂ। ਤੁਹਾਡੀ ਜ਼ਬਾਨ 'ਤੇ ਵੀ ਇੱਕ, ਤੁਹਾਡੇ ਅੱਖਾਂ ਵਿੱਚ ਵੀ ਇੱਕ। ਆਖਿਰ ਧਾਰਮਿਕ ਮਨੁੱਖ ਦੀ ਪਹਿਚਾਣ ਕਿਸ ਤਰ੍ਹਾਂ ਕਰੋਗੇ? ਉਸਦੇ ਵਿਵਹਾਰ ਤੋਂ, ਉਸਦੇ ਬੋਲਣ ਤੋਂ, ਉਸਦੇ ਵੇਖਣ ਤੋਂ, ਉਹਦੀ ਤਰਜ਼ੇ ਜ਼ਿੰਦਗੀ ਤੋਂ। ਹੋਰ ਕਿਸ ਤਰ੍ਹਾਂ ਹੋ ਸਕਦਾ ਹੈ ਗੁਰਦੁਆਰੇ ਆਉਣ ਵਾਲਾ ਵੀ ਅਧਾਰਮਿਕ ਹੋਵੇ? ਹੋ ਸਕਦਾ ਹੈ ਮੰਦਰ ਵਿੱਚ ਰੋਜ਼ ਪੂਜਾ ਪਾਠ ਕਰਨ ਵਾਲੇ ਦਾ ਵੀ ਕੋਈ ਭਗਵਾਨ ਨਾਲ ਸੰਬੰਧ ਨਾ ਹੋਵੇ? ਵਿਵਹਾਰ ਤੋਂ ਪਤਾ ਚੱਲੇਗਾ, ਉਹਦੇ ਆਚਰਣ ਤੋਂ ਪਤਾ ਚੱਲੇਗਾ ਕਿ ਇਹਦੇ ਜੀਵਨ ਵਿੱਚ ਨਿਰੰਕਾਰ ਪ੍ਰਗਟ ਹੋਇਆ ਹੈ ਕਿ ਨਹੀਂ। ਭੱਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਤੁਹਾਡੀ ਰਸਨਾ ਤੇ ਇੱਕ, ਤੁਹਾਡੇ ਨੇਤਰਾਂ ਵਿੱਚ ਇੱਕ, ਨੈਣ ਬੈਣ ਮੋਹ ਇੱਕ ਇੱਕ ਦੋਏ ਠਾਏ ਨਾ ਜਾਣੇ। ਤੁਸੀਂ ਇੱਕ ਤੋਂ ਬਿਨਾਂ ਦੂਜੇ ਨੂੰ ਨਹੀਂ ਜਾਣਦੇ, ਤੁਹਾਨੂੰ ਇੱਕ ਹੀ ਇੱਕ ਦਿਖਾਈ ਦਿੰਦਾ। ਸਾਰੀਆਂ ਕਿਰਨਾਂ ਵਿੱਚ ਇੱਕੋ ਹੀ ਸੂਰਜ ਦਿਖਾਈ ਦਿੰਦਾ ਹੈ, ਤੁਹਾਨੂੰ ਸਾਰੀ ਲਹਿਰਾਂ ਵਿੱਚ ਇੱਕੋ ਹੀ ਸਾਗਰ ਦਿਖਾਈ ਦਿੰਦਾ ਹੈ, ਤੁਹਾਨੂੰ ਸਾਰੀ ਅਨੇਕਤਾ ਵਿੱਚ ਇੱਕ ਦਿਖਾਈ ਦਿੰਦਾ ਹੈ। ਭੱਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਕਰਦੇ ਹੋਇਆ ਅਗਾਂਹ ਚੱਲ ਕੇ ਕਹਿੰਦੇ ਨੇ ਸੁਪਨ ਇੱਕ ਪਰ ਤੱਖ ਇੱਕ ਇੱਕਸਮੇ ਲੀਣਿਓ। ਹੇ ਗੁਰੂ ਅਮਰਦਾਸ ਤੁਸੀਂ ਜਾਗਦੇ ਰਹਿੰਦੇ ਹੋ ਇੱਕ ਦੇ ਚ ਲੀਨ ਰਹਿੰਦੇ ਹੋ, ਪਰ ਜਦ ਤੁਸੀਂ ਸੌ ਜਾਂਦੇ ਹੋ ਤੁਹਾਨੂੰ ਸੁਪਨੇ ਵੀ ਇੱਕ ਦੇ ਹੀ ਆਉਂਦੇ ਨੇ, ਤੁਸੀਂ ਸੁਪਨਿਆਂ ਦੇ ਚ ਵੀ ਇੱਕ ਦੇ ਚ ਲੀਨ ਰਹਿੰਦੇ ਹੋ। ਤੁਹਾਡੀ ਜਾਗਰਤ ਅਵਸਥਾ ਇੱਕ ਨਾਲ ਜੁੜੀ ਹੋਈ ਹੈ, ਤੁਹਾਡੀ ਸਵਪਨ ਅਵਸਥਾ ਵੀ ਇੱਕ ਨਾਲ ਜੁੜੀ ਹੋਈ ਹੈ। ਸੁਪਨ ਇੱਕ ਪਰ ਤੱਖ ਇੱਕ ਇੱਕਸਮੇ ਲੀਣਿਓ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣਿਓ। ਇਹ ਸਾਰੇ ਹਿੰਸੇ ਜਮ੍ਹਾਂ ਕਰਨੇ ਪੈਣਗੇ, ਜੋੜ ਕਰਨਾ ਪਏਗਾ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣਿਓ, ਤੀਸ ਇੱਕ ਇਕੱਤੀ ਪੰਜ ਛੱਤੀ ਤੇ ਪੈਂਤੀ ਇਕੱਤਰ। ਹੇ ਗੁਰੂ ਅਮਰਦਾਸ ਇਹ ਅਵਸਥਾ ਤੁਹਾਡੀ ਇਕੱਤਰ ਵਰੇ ਦੀ ਉਮਰ ਵਿੱਚ ਬਣੀ, ਇਕੱਤਰ ਸਾਲ ਦੀ ਅਵਸਥਾ ਵਿੱਚ ਐਸਾ ਜੀਵਨ ਆਪ ਨੂੰ ਨਸੀਬ ਹੋਇਆ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣਿਓ, ਇੱਕੋ ਜੇ ਲਾਖ ਲਖੋ ਅਲਕ ਹੈ ਇੱਕ ਇੱਕ ਕਰ ਵਰਨਿਓ।
ਗੁਰੂ ਅਮਰਦਾਸ ਕਵ ਭਲ ਬਣ ਤੂੰ ਇੱਕ ਲੋੜੇ ਇੱਕ ਮੰਨੇ। ਕਵੀ ਭਲ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮੈਂ ਸੱਚ ਕਹਿ ਰਿਹਾ, ਤੁਹਾਨੂੰ ਇੱਕ ਦੀ ਲੋੜ ਹੈ, ਤੁਸੀਂ ਇੱਕ ਨੂੰ ਮੰਨਦੇ ਹੋ, ਇੱਕ ਨੂੰ ਵੇਖਦੇ ਹੋ, ਇੱਕ ਨੂੰ ਬੋਲਦੇ ਹੋ, ਇੱਕ ਨੂੰ ਪੜ੍ਹਦੇ ਹੋ, ਔਰ ਇੱਕ ਨੂੰ ਮਨ ਵਿੱਚ ਵਸਾਇਆ, ਤੁਹਾਡੀ ਜਾਗਰਤ ਅਵਸਥਾ ਵਿੱਚ ਇੱਕ, ਤੁਹਾਡੀ ਸਵਪਨ ਅਵਸਥਾ ਵਿੱਚ ਵੀ ਇੱਕ, ਤੁਸੀਂ ਇਸ ਗੱਲ ਨੂੰ ਸਮਝ ਲਿਆ ਕਿ ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇੱਕ ਨੂੰ ਕੋਈ ਸਮਝ ਜਾਏ, ਇੱਕ ਨਾਲ ਕੋਈ ਜੁੜ ਜਾਏ, ਉਹੀ ਪਵਿੱਤਰ ਹੈ, ਬਾਕੀ ਕੋਈ ਪਵਿੱਤਰ ਨਹੀਂ। ਕਿਉਂਕਿ ਉਹਨੂੰ ਸਾਰੀਆਂ ਲਹਿਰਾਂ ਦੇ ਸਾਗਰ ਦਿਖਾਈ ਦੇਵੇਗਾ, ਉਹਨੂੰ ਸਾਰੀਆਂ ਕਿਰਨਾਂ ਦੇ ਸੂਰਜ ਦਿਖਾਈ ਦੇਵੇਗਾ, ਉਹਨੂੰ ਸਾਰੇ ਮਨੁੱਖਾਂ ਵਿੱਚ ਪ੍ਰਭੂ ਦਿਖਾਈ ਦੇਵੇਗਾ, ਉਹਨੂੰ ਸਾਰੇ ਪਸ਼ੂ ਪਕਸ਼ੀਆਂ ਵਿੱਚ ਈਸ਼ਵਰ ਦਿਖਾਈ ਦੇਵੇਗਾ। ਜੋ ਦੀਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਅਵਸਥਾ ਜਿਸ ਦੀ ਬਣ ਜਾਏ, ਉਹੀ ਪਾਵਨ ਹੈ, ਉਹੀ ਪਵਿੱਤਰ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ, ਔਰ ਅਨੇਕ ਹੁੰਦਾ ਹੋਇਆ ਇੱਕ ਹੈ, ਅਨੇਕਤਾ ਤੇਰਾ ਖੇਲ ਹੈ, ਅਨੇਕਤਾ ਤੇਰਾ ਤਮਾਸ਼ਾ ਹੈ, ਤੇ ਬਸ ਮੈਂ ਇਹੀ ਤਮਾਸ਼ਾ ਦੇਖਣ ਲਈ ਆਇਆ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਅਨੇਕਤਾ ਤਮਾਸ਼ਾ ਦਿਖਾਈ ਦੇਵੇ ਇੱਕ ਦਾ, ਤੋ ਜਦ ਇੱਕ ਨਾਲ ਪਿਆਰ ਹੈ ਤੇ ਉਸਦੇ ਤਮਾਸ਼ੇ ਨਾਲ ਵੀ ਪਿਆਰ ਹੋ ਜਾਏਗਾ, ਉਹਦਾ ਤਮਾਸ਼ਾ ਵੀ ਚੰਗਾ ਲੱਗੇਗਾ। ਹੇ ਪ੍ਰਭੂ, ਖੂਬ ਤੇਰਾ ਤਮਾਸ਼ਾ, ਜੰਮ ਰਿਹਾ ਜਿਹੜਾ ਉਹੀ ਮਰ ਰਿਹਾ, ਜਵਾਨ ਹੋ ਰਿਹਾ ਜਿਹੜਾ ਉਹੀ ਬੁੱਢਾ ਹੋ ਰਿਹਾ, ਇੱਜ਼ਤ ਹੈ ਜਿਸਦੀ ਉਸਦੀ ਬੇਇੱਜ਼ਤੀ ਹੋ ਜਾਂਦੀ ਹੈ, ਹੱਸ ਰਿਹਾ ਉਹੀ ਰੋ ਪੈਂਦਾ ਹੈ, ਅਜੀਬ ਹੈ ਤੇਰਾ ਤਮਾਸ਼ਾ ਦੇਖ ਰਹੇ ਹਾਂ। ਇੱਕ ਸੂਫੀ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਉਸਦਾ ਤਮਾਸ਼ਾ ਹੈ, ਇਹ ਹੋਰ ਹੋਵੇਗਾ, ਤੂੰ ਵੇਖਣ ਵਾਲਾ ਬਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਸ ਤਮਾਸ਼ੇ ਵਿੱਚ ਬੜੀ ਭਾਰੀ ਅਨੇਕਤਾ ਹੈ, ਔਰ ਇਹ ਅਨੇਕਤਾ ਉਸਦਾ ਤਮਾਸ਼ਾ ਹੈ। ਇਸੇ ਹੀ ਅਨੇਕਤਾ ਦੇ ਜਿਸ ਨੂੰ ਇੱਕ ਦੀ ਸਮਝ ਹੋਵੇ, ਇੱਕ ਦਿਸੇ, ਇੱਕ ਰਸਨਾ ਤੇ ਆ ਜਾਏ, ਇੱਕ ਹਿਰਦੇ 'ਚ ਵਸ ਜਾਏ, ਉਹ ਤੇ ਪਾਵਨ ਹੈ, ਉਹ ਤੇ ਪਵਿੱਤਰ ਹੈ, ਬਾਕੀ ਸਾਰੇ ਦੇ ਸਾਰੇ ਅਪਵਿੱਤਰ ਨੇ। ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ, ਇੱਕ ਤੋਂ ਗੁਰਬਾਣੀ ਆਰੰਭ ਹੁੰਦੀ ਹੈ, ਤੇ ਸਾਰੀ ਗੁਰਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਜੋ ਇੱਕ ਨਾਲ ਜੁੜ ਗਿਆ, ਬਸ ਉਹੀ ਬ੍ਰਹਮ ਗਿਆਨੀ, ਉਹੀ ਭਗਤ, ਉਹੀ ਸੰਤ, ਉਹੀ ਫਕੀਰ, ਉਹੀ ਵਲੀ ਅੱਲਾ, ਉਹੀ ਅਵਤਾਰ, ਉਹੀ ਮਹਾਂਪੁਰਸ਼, ਔਰ ਉਹੀ ਪਾਵਨ, ਉਹੀ ਪਵਿੱਤਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਛੰਦ ਦੀ ਵਿਚਾਰ ਸਰਵਨ ਕਰਦੇ ਹਾਂ, ਆਪ ਨੂੰ ਇੱਕ ਦੀ ਸਮਝ ਪਵੇ, ਔਰ ਸਿਰਫ ਸਮਝ ਹੀ ਨਾ ਪਵੇ, ਸਾਰੀ ਅਨੇਕਤਾ ਵਿੱਚ ਇੱਕ ਦਿਖਾਈ ਦੇਵੇ, ਤਾਂ ਕਿ ਕਥਾ ਸੁਣੀ ਹੋਈ ਦਾ ਲਾਭ ਸਾਡੀ ਝੋਲੀ ਵਿੱਚ ਪੈ ਜਾਏ। ਸਾਹਿਬ ਰਹਿਮਤ ਕਰਨ, ਸੁਣ ਕੇ ਤੁਹਾਨੂੰ ਆਨੰਦ ਮਿਲੇ, ਔਰ ਸੁਣਾ ਕੇ ਮੈਨੂੰ ਏਕਾਗਰਤਾ ਨਸੀਬ ਹੋਵੇ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।